ਦੇਣਗੇ। ਵੀਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਘਰ ਖੜੇ ਆ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਉਹਨਾਂ ਨੇ ਆਪਣੇ ਗੀਤਾਂ ਅਤੇ ਆਪਣੀ ਗੀਤਕਾਰੀ ਦੇ ਰਾਹੀਂ ਪੰਜਾਬ ਦੀ ਸੱਭਿਆਚਾਰ ਵਿਰਾਸਤ ਇਤਿਹਾਸ ਅਤੇ ਇਤਿਹਾਸਿਕ ਪਰੰਪਰਾਵਾਂ 'ਤੇ ਬੜਾ ਵੱਡਾ ਪਹਿਰਾ ਦਿੱਤਾ ਹੈ। ਉਹਨਾਂ ਦੇ ਮਨ ਦੇ ਵਿੱਚ ਦਸਤਾਰ ਦੇ ਪ੍ਰਤੀ ਇਕੱਠਾ ਵੀ ਪਿਆਰ ਸੀਗਾ ਅਤੇ ਉਹ ਕਹਿੰਦੇ ਵੀ ਸੀ ਦਸਤਾਰ ਨੂੰ ਸਿਰ 'ਤੇ ਵੀ ਰੱਖਣਾ ਅਤੇ ਦਿਲ 'ਚ ਵੀ ਰੱਖਣਾ। ਉਹਨਾਂ ਦੀ ਇਹ ਸੋਚ ਨੂੰ ਨੌਜਵਾਨੀ ਤੱਕ ਪਹੁੰਚਾਉਣ ਦੇ ਲਈ ਅਤੇ ਨੌਜਵਾਨੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੇ ਤੁਹਾਡੇ ਮਨ ਦੇ ਵਿੱਚ ਜੇ ਤੁਸੀਂ ਸ਼੍ਰੀ ਸੁਖਦੀਪ ਸਿੰਘ ਸਿੱਧੂ ਨੂੰ ਪਿਆਰ ਕਰਦੇ ਹੋ, ਉਹਨੂੰ ਪਸੰਦ ਕਰਦੇ ਹੋ, ਤਾਂ ਉਹਨਾਂ ਦੇ ਭੋਗ ਵਾਲੇ ਦਿਨ ਸਾਰੇ ਵੀਰ ਦਸਤਾਰਾਂ ਸਜਾ ਕੇ ਆਓ। ਇਹ ਉਹਨਾਂ ਨੂੰ ਤੁਹਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਜਿਹੜੇ ਵੀਰ ਦਸਤਾਰ ਨਹੀਂ ਸਜਾ ਸਕਦੇ ਉਹਨਾਂ ਵਾਸਤੇ ਪਰਿਵਾਰ ਦੇ ਸਹਿਯੋਗ ਨਾਲ ਸਰਦਾਰੀਆ ਟਰੱਸਟ ਵੱਲੋਂ ਉੱਥੇ ਕੈਂਪ ਲਾਇਆ ਜਾਏਗਾ, ਉਹਨਾਂ ਵੀਰਾਂ ਨੂੰ ਉੱਥੇ ਦਸਤਾਰ ਦੀ ਜਿਹੜੀ ਆਪਣਾ ਸਜਾ ਕੇ ਦਿੱਤੀ ਜਾਵੇਗੀ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ, ਸਾਰੀ ਨੌਜਵਾਨੀ ਨੂੰ, ਕਿ ਤੁਹਾਡੇ ਮਨਾਂ ਦੇ ਵਿੱਚ ਜੇ ਵੀਰ ਦਾ ਪਿਆਰ ਹੈ, ਤੁਹਾਨੂੰ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੇ ਹੋ, ਤਾਂ ਭੋਗ ਵਾਲੇ ਦਿਨ ਸਿਰਾਂ 'ਤੇ ਦਸਤਾਰ ਸਜਾ ਕੇ ਆਓ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਦੇਣਗੇ। ਸੰਗਤ ਜੀ, ਇਸ ਵੇਲੇ ਅਸੀਂ ਦੁੱਖ ਦੀ ਘੜੀ ਦੇ ਵਿੱਚ ਵੀਰ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਘਰ ਖੜ੍ਹੇ ਹਾਂ, ਜਿਵੇਂ ਅਸੀਂ ਸਾਰੇ ਜਾਣਦੇ ਹਾਂ ਉਹਨਾਂ ਨੇ ਆਪਣੇ ਗੀਤਾਂ ਅਤੇ ਆਪਣੀ ਗੀਤਕਾਰੀ ਦੇ ਰਾਹੀਂ ਪੰਜਾਬ ਦੀ ਸੱਭਿਆਚਾਰ ਵਿਰਾਸਤ ਇਤਿਹਾਸ ਅਤੇ ਇਤਿਹਾਸਿਕ ਪਰੰਪਰਾਵਾਂ 'ਤੇ ਬੜਾ ਵੱਡਾ ਪਹਿਰਾ ਦਿੱਤਾ ਹੈ। ਉਹਨਾਂ ਦੇ ਮਨ ਦੇ ਵਿੱਚ ਦਸਤਾਰ ਦੇ ਪ੍ਰਤੀ ਇਕੱਠਾ ਵੀ ਪਿਆਰ ਸੀਗਾ ਅਤੇ ਉਹ ਕਹਿੰਦੇ ਵੀ ਸੀ ਦਸਤਾਰ ਨੂੰ ਸਿਰ 'ਤੇ ਵੀ ਰੱਖਣਾ ਅਤੇ ਦਿਲ 'ਚ ਵੀ ਰੱਖਣਾ। ਉਹਨਾਂ ਦੀ ਇਹ ਸੋਚ ਨੂੰ ਨੌਜਵਾਨੀ ਤੱਕ ਪਹੁੰਚਾਉਣ ਦੇ ਲਈ ਅਤੇ ਨੌਜਵਾਨੀ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੇ ਤੁਹਾਡੇ ਮਨ ਦੇ ਵਿੱਚ ਜੇ ਤੁਸੀਂ ਸ਼੍ਰੀ ਸੁਖਦੀਪ ਸਿੰਘ ਸਿੱਧੂ ਨੂੰ ਪਿਆਰ ਕਰਦੇ ਹੋ, ਉਹਨੂੰ ਪਸੰਦ ਕਰਦੇ ਹੋ, ਤਾਂ ਉਹਨਾਂ ਦੇ ਭੋਗ ਵਾਲੇ ਦਿਨ ਸਾਰੇ ਵੀਰ ਦਸਤਾਰਾਂ ਸਜਾ ਕੇ ਆਓ। ਇਹ ਉਹਨਾਂ ਨੂੰ ਤੁਹਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਜਿਹੜੇ ਵੀਰ ਦਸਤਾਰ ਨਹੀਂ ਸਜਾ ਸਕਦੇ ਉਹਨਾਂ ਵਾਸਤੇ ਪਰਿਵਾਰ ਦੇ ਸਹਿਯੋਗ ਨਾਲ ਸਰਦਾਰੀਆ ਟਰੱਸਟ ਵੱਲੋਂ ਉੱਥੇ ਕੈਂਪ ਲਾਇਆ ਜਾਏਗਾ, ਉਹਨਾਂ ਵੀਰਾਂ ਨੂੰ ਉੱਥੇ ਦਸਤਾਰ ਦੀ ਜਿਹੜੀ ਆਪਣਾ ਸਜਾ ਕੇ ਦਿੱਤੀ ਜਾਵੇਗੀ। ਸੋ ਸਾਰੇ ਵੀਰਾਂ ਨੂੰ ਬੇਨਤੀ ਹੈ, ਸਾਰੀ ਨੌਜਵਾਨੀ ਨੂੰ, ਕਿ ਤੁਹਾਡੇ ਮਨਾਂ ਦੇ ਵਿੱਚ ਜੇ ਵੀਰ ਦਾ ਪਿਆਰ ਹੈ, ਤੁਹਾਨੂੰ ਸੱਚੀ ਸ਼ਰਧਾਂਜਲੀ ਦੇਣੀ ਚਾਹੁੰਦੇ ਹੋ, ਤਾਂ ਭੋਗ ਵਾਲੇ ਦਿਨ ਸਿਰਾਂ 'ਤੇ ਦਸਤਾਰ ਸਜਾ ਕੇ ਆਓ। ਇਹੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।